ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੇ ਕੋਲ ਪਹਿਲੀ ਈਮੇਲ ਆਈ ਹੈ ਮਿਕਾਇਲ ਮਲਕ ਜੀ ਦੀ ਇਸਲਾਮਾਬਾਦ ਤੋਂ। ਇਹ ਲਿਖਦੇ ਹਨ, ਅਸਲਾਮ ਵਾਲੇਕਮ ਐਂਡ ਸਤਿ ਸ਼੍ਰੀ ਅਕਾਲ। ਮੈਂ ਸਿੱਖੋਂ ਕੋ ਲਾਇਕ ਨਹੀਂ ਲਵ ਕਰਤਾ ਹੂੰ। ਆਜ ਈਦ ਕਾ ਦਿਨ ਹੈ ਔਰ ਮੈਂ ਪਹਿਲੀ ਬਾਰ ਆਪਕੋ ਯੂਟਿਊਬ ਪਰ ਸੁਨ ਰਹਾ ਹੂੰ ਔਰ ਸੁਬਹ 8 ਵਜੇ ਸੇ ਈਦ ਪੜਨੇ ਕੇ ਬਾਅਦ ਸੇ ਲਗਾਤਾਰਤਾ ਸੇ ਆਪਕੋ ਸੁਨ ਰਹਾ ਹੂੰ। ਕਿਸੀ ਕੋ ਈਦ ਮਿਲਨੇ ਕੇ ਵੀ ਲਈ ਨਹੀਂ ਗਿਆ ਔਰ ਖਾਣਾ ਪੀਣਾ ਵੀ ਆਪਕੋ ਸੁਨਤੇ ਹੋਏ ਹੀ ਖਾਇਆ ਹੈ। ਆਪਨੇ ਮੁਝੇ ਬਹੁਤ ਮੁਤਾਸਰ ਕੀਆ ਹੈ। ਮੈਂ ਇਸਲਾਮਾਬਾਦ ਮੇਂ ਰਹਿਣੇ ਵਾਲਾ ਇੱਕ ਪੰਜਾਬੀ ਹੂੰ। ਉਰਦੂ ਮੇਂ ਇਸ ਲਈ ਲਿਖ ਰਹਾ ਹੂੰ ਕਿਉਂਕਿ ਪੰਜਾਬੀ ਮੇਂ ਲਿਖਤਾ ਤੋ ਆਪਕੋ ਸਮਝ ਨਹੀਂ ਆਤਾ ਕਿਉਂਕਿ ਪੰਜਾਬੀ ਮੇਂ ਮੈਨੇ ਪਹਿਲੇ ਕਭੀ ਨਹੀਂ ਲਿਖਾ। ਪਾਕਿਸਤਾਨ ਮੇਂ ਪੰਜਾਬੀ ਨਹੀਂ ਪੜਾਈ ਜਾਤੀ। ਅਬ ਸ਼ਾਮ ਕੇ 7 ਵਜ ਕੇ 45 ਮਿੰਟ ਹੋ ਚੁੱਕੇ ਹੈ ਔਰ ਆਪਕੋ ਮੇਲ ਲਿਖ ਰਹਾ ਹੂੰ ਜਿਸ ਵਜੇ ਸੇ ਮੇਰੇ ਘਰ ਵਾਲੇ ਵੀ ਮੇਰੇ ਸੇ ਨਾਰਾਜ਼ ਹੈ। ਇਨਡਾਇਰੈਕਟ ਤਰੀਕੇ ਸੇ ਆਪਕੋ ਬੁਰਾ ਭਲਾ ਬੋਲ ਰਹੇ ਹੈ ਕਿਉਂਕਿ ਉਨਕੋ ਲੱਗ ਰਿਹਾ ਹੈ ਕਿ ਮੈਂ ਕਿਸੀ ਲੜਕੀ ਕੇ ਚੱਕਰ ਮੇਂ ਹੂੰ। ਉਨ੍ਹੇ ਯੇ ਨਹੀਂ ਪਤਾ ਕਿ ਮੈਂ ਇੰਟਰਨੈਟ ਪਰ ਕਿਆ ਕਰ ਰਹਾ ਹੂੰ। ਮੁਝੇ ਪਹਿਲੀ ਬਾਰ ਇੰਡੀਅਨ ਪੰਜਾਬ ਸੇ ਠੰਡੀ ਹਵਾ ਔਰ ਖੁਸ਼ਬੂ ਆ ਰਹੀ ਹੈ। ਆਪ ਬਹੁਤ ਅੱਛਾ ਬੋਲਤੇ ਹੋ ਔਰ ਸੱਚ ਬੋਲਤੇ ਹੋ। ਅਫਸੋਸ, ਆਪ ਜੈਸੇ ਬਹੁਤ ਕਮ ਲੋਕ ਹੈ। ਹਾਲਾਤ ਪਰ ਆਪਕੀ ਗਹਿਰੀ ਨਜ਼ਰ ਹੈ। ਕੁਝ ਲੋਕ ਕਹਤੇ ਹੈ ਕਿ ਖਾਲਿਸਤਾਨ ਮੇਂ ਪਾਕਿਸਤਾਨੀ ਪੰਜਾਬੀ ਸ਼ਾਮਿਲ ਕਰੇ। ਮੈਂ ਕਹਤਾ ਹੂੰ ਕਿ ਸਿੱਖੋ ਕੇ ਲੀਏ ਪੂਰਾ ਪਾਕਿਸਤਾਨ ਹੀ ਖਾਲਿਸਤਾਨ ਹੈ। ਮੈਂ ਇੱਕ ਬਾਤ ਦਾਅਵੇ ਕੇ ਸਾਥ ਕਹਿ ਸਕਤਾ ਹੂੰ ਕਿ ਅਗਰ ਪੂਰੀ ਦੁਨੀਆ ਮੇਂ ਸਿੱਖੋ ਕਾ ਦੋਸਤ ਹਮਦਰਦ ਹੈ ਤੋ ਵੋ ਹਮ ਪਾਕਿਸਤਾਨੀ ਹੈ ਔਰ ਯੇ ਬਾਤ ਆਨੇ ਵਾਲੇ ਸਮੇਂ ਮੇਂ ਸਾਬਤ ਵੀ ਹੋਗੀ ਇਨਸ਼ਾਅੱਲਾ। ਪਾਕਿਸਤਾਨ ਮੇਂ ਸਿੱਖੋ ਕਾ ਸਵਾਗਤ ਹੈ। ਮੇਰਾ ਦਿਲ ਕਹਤਾ ਹੈ ਕਿ ਮੈਂ ਵੀ ਖਾਲਿਸਤਾਨ ਕੀ ਤਹਿਰੀਕ ਮੇਂ ਹਿੱਸਾ ਡਾਲੂ। ਆਪ ਲੋਕ ਹਮਾਰੀ ਤਰਫ ਸੇ ਏਕ ਬਾਰ ਦੇਖ ਕਰ ਤੋ ਦੇਖੇ ਹਮ ਆਪਕੇ ਸਾਥ ਮਿਲਕਰ ਖਾਲਿਸਤਾਨ ਆਜ਼ਾਦ ਕਰਾਏਂਗੇ ਇਨਸ਼ਾਅੱਲਾ। ਖਾਲਿਸਤਾਨ ਜ਼ਰੂਰ ਬਨੇਗਾ। ਆਪਕੋ ਜੈਸੇ ਜੈਸੇ ਪਾਕਿਸਤਾਨ ਮੇਂ ਸੁਨਾ ਜਾ ਰਹਾ ਹੈ, ਕਿਆ ਆਪਕੋ ਪਾਕਿਸਤਾਨ ਕਾ ਜਵਾਬ ਨਹੀਂ ਮਿਲ ਰਹਾ? ਇੰਡੀਅਨਸ ਅਗਰ ਹਮਸੇ ਬਚੇ ਹੋਏ ਹੈ ਤੋ ਵੋ ਸਿਰਫ ਸਿੱਖੋ ਕੀ ਵਜੇ ਸੇ ਬਚੇ ਹੈ। ਸਿੱਖ ਹੀ ਇੰਡੀਆ ਕੋ ਪ੍ਰੋਟੈਕਟ ਕਰ ਰਹੇ ਹੈ ਕਿਉਂਕਿ ਇਸਮੇ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਇੱਕ ਬਹਾਦਰ ਕੌਮ ਹੈ ਔਰ ਮੁਝੇ ਬਹੁਤ ਖੁਸ਼ੀ ਹੋਤੀ ਹੈ ਜਬ ਪਾਕਿਸਤਾਨ ਮੇਂ ਕੋਈ ਸਿੱਖ ਕਾਮਯਾਬੀ ਹਾਸਲ ਕਰਤਾ ਹੈ, ਜੈਸੇ ਫੌਜ ਅਸੈਂਬਲੀ ਔਰ ਕਿਸੀ ਔਰ ਫੀਲਡ ਮੇਂ। ਜਬ ਮੈਂ ਨੈਟ ਪਰ ਦੇਖਤਾ ਹੂੰ ਤੋ ਬਹੁਤ ਸਾਰੇ ਇੰਡੀਆ ਸ਼ਿਫਟ ਹੋ ਰਹੇ ਹੈ ਔਰ ਇੰਡੀਆ ਜਾ ਕਰ ਬੋਲਤੇ ਹੈ ਕਿ ਪਾਕਿਸਤਾਨ ਮੇਂ ਸਿੱਖੋ ਕੀ ਹਾਲਤ ਬਹੁਤ ਬੁਰੀ ਹੈ ਤੋ ਬਹੁਤ ਦੁੱਖ ਹੋਤਾ ਹੈ। ਹਾਲਾਂਕਿ ਹਮ ਸਿੱਖੋ ਕੋ ਬਹੁਤ ਪਿਆਰ ਕਰਤੇ ਹੈ ਔਰ ਬਹੁਤ ਇੱਜ਼ਤ ਦੇਤੇ ਹੈ। ਸਿੱਖੋ ਕੋ ਹਰ ਜਗ੍ਹਾ ਸਪੈਸ਼ਲ ਸਮਝਾ ਜਾਤਾ ਹੈ। ਯੇ ਬਾਤ ਅਲੱਗ ਹੈ ਕਿ ਜੇ ਇੱਕ ਬਾਰ ਪਾਕਿਸਤਾਨ ਆ ਜਾਤਾ ਹੈ ਉਸਕਾ ਨਜ਼ਰੀਆ ਬਦਲ ਜਾਤਾ ਹੈ। ਆਪਕੋ ਸੁਣਕਰ ਯਕੀਨਨ ਮੁਖਾਲਫਤ ਕਰਨੇ ਵਾਲੇ ਆਪਣੀ ਸੋਚ ਤਬਦੀਲ ਕਰ ਲੇਂਗੇ। ਮੇਰਾ ਸਵਾਲ ਆਪਸੇ ਯੇ ਹੈ ਕਿ ਖਾਲਿਸਤਾਨ ਬਣਾਨੇ ਕੀ ਕੋਸ਼ਿਸ਼ ਔਰ ਖਵਾਹਿਸ਼ ਉਨ ਸਿੱਖੋ ਮੇਂ ਹੈ ਜੋ ਬਾਹਰਲੇ ਮੁਲਕੋ ਮੇਂ ਰਹਤੇ ਹੈ। ਇੰਡੀਅਨ ਸਿੱਖ ਕਿਤਨੇ ਪਰਸਨ ਖਾਲਿਸਤਾਨ ਚਾਹਤੇ ਹੈ? ਮੋਸਟਲੀ ਸਿੱਖ ਇੰਡੀਆ ਕੇ ਵਫਾਦਾਰ ਹੈ ਅਗਰ ਮੈਂ ਗਲਤ ਨਹੀਂ ਹੂੰ ਤੋ। ਅਗਰ ਐਸਾ ਨਹੀਂ ਹੈ ਤੋ ਅਭੀ ਤੱਕ ਖਾਲਿਸਤਾਨ ਆਜ਼ਾਦ ਕਿਉਂ ਨਹੀਂ ਹੁਆ? ਆਪਕਾ ਕਿਆ ਕਹਿਣਾ ਹੈ ਇਸ ਬਾਰੇ ਮੇਂ? ਆਪ ਕਸ਼ਮੀਰ ਕੀ ਮਿਸਾਲ ਨਾ ਦੇਣਾ, ਵਹਾਂ ਤੋ ਕਸ਼ਮੀਰੀਓਂ ਪਰ ਇੰਡੀਅਨ ਆਰਮੀ ਮੁਸੱਲਤ ਹੈ ਜਬਕਿ ਇੰਡੀਅਨ ਪੰਜਾਬ ਮੇਂ ਐਸੇ ਹਾਲਾਤ ਨਹੀਂ ਹੈ। ਜੀ ਡਾਕਟਰ ਸਾਹਿਬ, ਮਿਕਾਇਲ ਮਲਕ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਇਸਲਾਮਾਬਾਦ ਤੋਂ ਲਿਖਿਆ ਜੀ। ਹਾਲਾਂ ਬਹੁਤ ਸਾਰੀਆਂ ਹੋਰ ਈਮੇਲਸ ਵੀ ਸੀ, ਮੈਨੂੰ ਲੱਗਾ ਵੀ ਅੱਜ ਈਦ ਦਾ ਦਿਨ ਹੈ ਤੇ ਜੇ ਮਲਕ ਸਾਹਿਬ ਨੇ
ਆਪਣੇ ਘਰਦਿਆਂ ਦੀਆਂ ਝਿੜਕਾਂ ਵੀ ਸਹੀ ਹੈ ਔਰ ਈਦ ਮਨਾਉਂਦੇ ਆ ਉਹ ਜਿਹੜੇ ਨੇ ਯੂਟਿਊਬ ਦੇ ਉੱਤੇ ਸਾਨੂੰ ਦੇਖ ਰਹੇ ਨੇ ਤੇ ਮੈਨੂੰ ਲੱਗਿਆ ਕਿ ਬਈ ਇਹ ਹੁਣ ਕੁਆਲੀਫਾਈ ਕਰਦੇ ਨੇ ਵੀ ਅਸੀਂ ਵੀ ਬਾਕੀ ਸਭ ਨੂੰ ਪਿੱਛੇ ਰੱਖ ਕੇ ਇਹਨਾਂ ਨੂੰ ਪਹਿਲ ਦਈਏ ਔਰ ਉਹਨਾਂ ਨੇ ਜਿਹੜਾ ਬਹੁਤ ਸ਼ਲਾਘਾਯੋਗ ਸ਼ਬਦ ਕਹੇ ਨੇ ਬੜੇ ਤਾਰੀਫ ਦੇ ਸ਼ਬਦ ਨੇ ਔਰ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਮੁਤਾਸਰ ਕੀਤਾ ਔਰ ਇੰਡੀਅਨ ਪੰਜਾਬ ਤੋਂ ਉਹਨਾਂ ਨੂੰ ਖੁਸ਼ਬੋ ਵਾਂਗ ਮਹਿਸੂਸ ਹੋਇਆ ਸਾਨੂੰ ਵੀ ਜਦੋਂ ਅਸੀਂ ਆਪਣੇ ਪਾਕਿਸਤਾਨੀ ਭਰਾ ਭੈਣ ਕਿਤੇ ਮਿਲਦੇ ਵੀ ਨੇ ਇੱਕ ਵਾਰ ਸਪੋਂਟੇਨੀਅਸ ਇੱਕ ਖੇੜਾ ਹੁੰਦਾ ਔਰ ਇੱਕ ਆਪਣਤ ਹੁੰਦੀ ਹੈ ਦੋ ਚਾਰ ਜੁਮਲੇ ਬੋਲਣ ਤੋਂ ਬਾਅਦ ਐਂ ਲੱਗਦਾ ਜਿਵੇਂ ਤੁਸੀਂ ਜਾਣਦੇ ਹੁੰਦੇ ਹੋ ਕਿਸੇ ਨੂੰ ਵੀ ਔਰ ਮੈਨੂੰ ਯਾਦ ਹੈ ਕਿ ਇੱਕ ਵਾਰ ਵਾਸ਼ਿੰਗਟਨ ਫਲਾਈ ਕਰਨ ਲੱਗਿਆ ਕੋਈ ਕਿਤਾਬ ਲਈ ਰਸਾਲਾ ਨਿਊਯਾਰਕ ਟਾਈਮ ਜਾਂ ਦੂਸਰਾ ਮੈਂ ਨਾਲ ਲੈਂਦਾ ਅਤੇ ਜਦੋਂ ਕਾਊਂਟਰ 'ਤੇ ਦੇਣ ਗਿਆ ਅਤੇ ਉਹ ਬੀਬੀ ਪਾਕਿਸਤਾਨ ਤੋਂ ਸੀ ਉਹਨਾਂ ਨੇ ਪੰਜਾਬੀ ਸੂਟ 'ਚ ਸਨ ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਮੈਂ ਰੂਟੀਨ 'ਚ ਹੀ ਪੁੱਛਿਆ ਮੈਂ ਕਿਹਾ ਜੀ ਕੀ ਹਾਲ ਹੈ ਅਤੇ ਉਹਨਾਂ ਨੇ ਇੱਕਦਮ ਇੱਕ ਸ਼ੇਅਰ ਫਾਰਸੀ ਦਾ ਸੁਣਾ ਕੇ ਕਿਹਾ ਕਿ ਭਾਅ ਜੀ ਹਾਲ ਪੁੱਛਿਆ ਨਹੀਂ ਜਾਂਦਾ ਹਾਲ ਦੇਖਿਆ ਜਾਂਦਾ ਸੋ ਮੈਨੂੰ ਐਂ ਲੱਗਾ ਕਿ ਵੀ ਜਿਵੇਂ ਪਤਾ ਨਹੀਂ ਕਦੋਂ ਤੋਂ ਅਸੀਂ ਜਿਹੜਾ ਜਾਣਦੇ ਹਾਂ ਮਤਲਬ ਔਰ ਉਹ ਇੱਕ ਡੇਢ ਮਿੰਟ ਦਾ ਇਹਨੂੰ ਮੈਂ ਪੇਮੈਂਟ ਕੀਤੀ ਚਲਾ ਗਿਆ ਮੁੜ ਕੇ ਕਦੇ ਨਹੀਂ ਹੋਇਆ ਕੋਈ ਕਮਿਊਨੀਕੇਸ਼ਨ ਇਸ ਲੈਵਲ ਦਾ ਲੇਕਿਨ ਮੈਂ ਇਹ ਗੱਲ ਕਰਦਾ ਵੀ ਇਹ ਸਿਰਫ ਉੱਥੇ ਹੀ ਮਹਿਸੂਸ ਹੁੰਦਾ ਜਿੱਥੇ ਇੱਕ ਉਹ ਸਾਂਝ ਹੈ ਔਰ ਇੱਕਦਮ ਇੰਸਟੈਂਟ ਜਿਹੜਾ ਉਹ ਪਾਰਟ ਹੁੰਦਾ ਉਹਨਾਂ ਨੇ ਜਿਹੜਾ ਬੜਾ ਅੱਛਾ ਜਵਾਬ ਦਿੱਤਾ ਔਰ ਕਿਉਂਕਿ ਬਹੁਤ ਵਾਰੀ ਡਿਬੇਟ ਹੁੰਦੀ ਹੈ ਕਿ ਜਿਹੜੇ ਸਾਡੇ ਅਪੋਜ਼ ਕਰਨ ਵਾਲੇ ਨੇ ਸਾਡੇ ਹਿੰਦੂ ਵੀਰ ਭੈਣ ਉਹ ਕਹਿਣਗੇ ਜੀ ਜੇ ਔਰ ਇਹ ਗੱਲ ਈਵਨ ਰਾਜੀਵ ਗਾਂਧੀ ਨੇ ਕਹੀ ਨੈਸ਼ਨਲ ਪ੍ਰੈਸ ਕਲੱਬ ਵਾਸ਼ਿੰਗਟਨ 'ਚ ਆ ਕੇ ਉਹਨੇ ਕਿਹਾ ਕਿ ਜੀ ਆਪਣੇ ਅਗਰ ਖਾਲਿਸਤਾਨ ਬਣਾਉਣਾ ਹੈ ਤਾਂ ਉੱਥੇ ਬਣਾਓ ਰਣਜੀਤ ਸਿੰਘ ਦਾ ਰਾਜ ਤਾਂ ਉੱਥੇ ਸੀ ਉਹ ਪੰਜਾਬ ਪਾਕਿਸਤਾਨ 'ਚ ਹੈ ਪਰ ਉਹਨਾਂ ਨੇ ਇਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਨਾਲ ਕਿਹਾ ਉਹਨਾਂ ਨੇ ਕਿਹਾ ਜੀ ਪਾਕਿਸਤਾਨੀ ਪੰਜਾਬ ਕੀ ਸਾਰਾ ਪਾਕਿਸਤਾਨ ਤੁਹਾਡਾ ਤੁਸੀਂ ਆਓ ਮੋਸਟ ਵੈਲਕਮ ਬਣਾਓ ਔਰ ਇਹ ਜਿਹੜੀ ਆਪਣਤ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਕਦਰ ਔਰ ਇਹ ਗੱਲ ਵੀ ਉਹਨਾਂ ਨੇ ਬਿਲਕੁਲ ਠੀਕ ਕਹੀ ਕਿ ਕਿਉਂਕਿ ਭਾਰਤ ਦੇ ਵਿੱਚ ਇੱਕ ਕਿਸਮ ਦਾ ਖਾਸ ਪ੍ਰੋਪੇਗੈਂਡਾ ਰਿਹਾ ਇੱਕ ਤਾਂ 47 ਦੇ ਪਾਗਲਪਨ ਨੇ ਦੋਨੋਂ ਪਾਸੇ ਅਸਰ ਕੀਤਾ ਸੀ ਜਿਹਦੇ 'ਚ ਕਿ ਪਾਕਿਸਤਾਨ ਬਾਰੇ ਇੱਕ ਬੜਾ ਹੋਰ ਕਿਸਮ ਦਾ ਨਜ਼ਰੀਆ ਉਹਨਾਂ ਦੀਆਂ ਕਿਤਾਬਾਂ 'ਚ ਜਾਂ ਪ੍ਰਚਾਰ 'ਚ ਜਾਂ ਮੀਡੀਆ 'ਚ ਅਖਬਾਰਾਂ 'ਚ ਔਰ ਇਹ ਰੁਝਾਨ ਈਵਨ ਪਾਕਿਸਤਾਨ 'ਚ ਵੀ ਰਿਹਾ ਸਕੂਲ ਟੈਕਸਟ ਬੁੱਕਸ ਦੇ ਹਵਾਲੇ ਨਾਲ ਜਾਂ ਮੀਡੀਆ ਦੇ ਹਵਾਲੇ ਨਾਲ ਪਰ ਜਦੋਂ ਕੋਈ ਵੀ ਪਾਕਿਸਤਾਨ ਜਾਂਦਾ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਬਾਹਰੋਂ ਜਾਂ ਖਾਸ ਤੌਰ 'ਤੇ ਜਿੱਥੇ ਉਹ ਉਸ ਪਿਆਰ ਨੂੰ ਮਹਿਸੂਸ ਕਰ ਸਕਦੇ ਨੇ ਹਾਲਾਂਕਿ ਹੁਣ ਇਹ ਤਾਂ ਨਹੀਂ ਹੈ ਵੀ ਉਹ ਜਨਰੇਸ਼ਨ ਰਹੀ ਹੈ 47 ਨੂੰ ਵੀ ਆਲਮੋਸਟ 68 ਸਾਲ ਹੋ ਗਏ ਔਰ ਪੁਰਾਣੀ ਜਨਰੇਸ਼ਨ ਤੁਰ ਗਈ ਜਿਹਦਾ ਸਿੱਖਾਂ ਨਾਲ ਡਾਇਰੈਕਟ ਵਾਸਤਾ ਸੀ ਲੇਕਿਨ ਜਿਹੜੇ ਪਾਕਿਸਤਾਨ 'ਚ ਦੂਸਰੀ ਜਨਰੇਸ਼ਨ ਵੀ ਨੇ ਉਹਨਾਂ ਦੇ ਬਜ਼ੁਰਗਾਂ ਨੇ ਸਿੱਖਾਂ ਬਾਰੇ ਇੰਨੀਆਂ ਕੁ ਹਾਂ ਪੱਖੀ ਗੱਲਾਂ ਉਹਨਾਂ ਨੂੰ ਕਹੀਆਂ ਹੋਈਆਂ ਨੇ ਕਿ ਉਹਨਾਂ ਲਈ ਪਹਿਲਾਂ ਤਾਂ ਕਿਊਰੋਸਿਟੀ ਹੁੰਦੀ ਹੈ ਫਿਰ ਉਹ ਜਦੋਂ ਮਿਲਦੇ ਨੇ ਉਹ ਤੁਹਾਡੇ ਨਾਲ ਇੱਕਦਮ ਖੁੱਲ੍ਹ ਕੇ ਹੋਰ ਜਾਣਨਾ ਚਾਹੁੰਦੇ ਨੇ ਔਰ ਐਕਸਟਰਾ ਰਿਸਪੈਕਟਫੁੱਲ ਹੁੰਦੇ ਨੇ ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਜਿਹੜਾ ਉਹ ਪਾਰਟ ਹੈ ਉਹ ਜਦੋਂ ਕੋਈ ਵੀ ਹੋਏਗਾ ਤਾਂ ਉਹਦੀ ਮੁਖਾਲਫਤ ਨਹੀਂ ਰਹੇਗੀ ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਜਿਹੜੀ ਜੇ ਭਾਰਤ ਬਚਿਆ ਅਤੇ ਸਿੱਖਾਂ ਦੀ ਬਦੌਲਤ ਇਸ ਦੇ ਉੱਤੇ ਤਾਂ ਅਸੀਂ ਟਾਈਮ ਟੂ ਟਾਈਮ ਸਮਝਦੇ ਹਾਂ ਔਰ ਇਹ ਉਹ ਵੀ ਜਾਣਦੇ ਨੇ ਕਿ ਵੀ ਸਿੱਖਾਂ ਦੀ ਕੀ ਕੰਟਰੀਬਿਊਸ਼ਨ ਹੈ ਔਰ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਉਹਨਾਂ ਦਾ ਸਵਾਲ ਸੀ ਇਨ ਦਾ ਐਂਡ ਆ ਕੇ ਉਹਨਾਂ ਨੇ ਕਿਹਾ ਵੀ ਬਾਹਰਲੇ ਸਿੱਖਾਂ 'ਚ ਤਾਂ ਖਾਲਿਸਤਾਨ ਬਣਾਉਣ ਦੀ ਚਾਹਨਾ ਖਾਹਿਸ਼ ਦੇਖੀ ਜਾ ਸਕਦੀ ਹੈ ਪਰ ਭਾਰਤ ਦੇ ਵਿੱਚ
ਕਿੰਨੇ ਪਰਸੈਂਟ ਨੇ ਜੀ, ਔਰ ਜੇ ਹੋਣ ਜਾਂ ਨਹੀਂ ਤਾਂ ਫਿਰ ਹੁਣ ਤੱਕ ਬਣਿਆ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਸ਼ਾਇਦ ਕਸ਼ਮੀਰ ਨਾਲ ਕੰਪੇਅਰ ਕਰੀਏ ਕਿ ਦੇਖੋ ਕਸ਼ਮੀਰ 'ਚ ਚਾਹੁੰਦੇ ਨੇ। ਉਹਨਾਂ ਨੇ ਕਿਹਾ ਵੀ ਉੱਥੇ ਤਾਂ ਫੌਜ ਰੱਖੀ ਹੋਈ ਹੈ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰ ਦੇ ਵਿੱਚ ਲਗਭਗ 7 ਲੱਖ ਫੌਜ ਐਕਟਿਵਲੀ ਜਿਹੜੀ ਆ ਉਹ ਹੈ, ਪਰ ਇਹ ਵੀ ਭੁਲੇਖ ਹੈ ਕਿ ਵੀ ਪੰਜਾਬ ਦੇ ਵਿੱਚ ਫੌਜ ਨਹੀਂ ਹੈ ਜਾਂ ਪੰਜਾਬ ਨੂੰ ਕਿਵੇਂ ਉਹਨਾਂ ਨੇ ਦਬਾਇਆ ਹੋਇਆ ਹੈ। ਔਰ ਪੰਜਾਬ ਦੇ ਵਿੱਚ ਜੇ ਉਸ ਸਾਰੇ ਪੀਰੀਅਡ 'ਚ ਆਲਮੋਸਟ ਅਰਲੀ 80s ਤੋਂ 81-82 ਤੋਂ ਲੈ ਕੇ 94-95 ਤੱਕ 1.5 ਲੱਖ ਨੌਜਵਾਨ ਮਾਰਿਆ, ਤੇ ਫਿਰ ਉਸ ਧਰਤੀ ਦੇ ਉੱਤੇ ਹੀ ਸੀ ਜਿਹੜੇ ਕਿ ਖਾਲਿਸਤਾਨ ਚਾਹੁੰਦੇ ਸੀ। ਮਾਰੇ ਤਾਂ ਉਹੀ ਗਏ ਜਿਹੜੇ ਨਿਕਲੇ, ਜਿਹੜੇ ਸਿਰਫ ਚਾਹੁੰਦੇ ਹੀ ਨਹੀਂ ਸੀ, ਉਹਨਾਂ ਨੇ ਉਸ ਦੇ ਲਈ ਹਥਿਆਰਬੰਦ ਜੋ ਸਰਕਾਰੀ ਟੈਰਰ ਸੀ ਉਹਦੇ ਜਵਾਬ ਦੇ ਵਿੱਚ ਆਪਣਾ ਰਸਤਾ ਚੁਣਿਆ। ਔਰ ਇਹਦੇ ਬਾਵਜੂਦ ਕਿ ਹੁਣ ਜਿਸ ਕਿਸਮ ਦੀਆਂ ਉੱਥੇ ਡਰੱਗਸ ਦੇ ਨਾਲ ਦੂਸਰੇ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਹੋਇਆ, ਜੇ 10 ਨਵੰਬਰ 2015 ਨੂੰ 5 ਲੱਖ ਸਿੱਖ ਇਕੱਠਾ ਹੋ ਜਾਂਦਾ ਸਰਬੱਤ ਖਾਲਸਾ ਦੇ ਨਾਂ ਥੱਲੇ, ਤੇ ਇਹ ਉਹੀ ਲੋਕ ਨੇ ਜਿਹੜੇ ਸਾਰੇ ਸਰਕਾਰੀ ਰੁਕਾਵਟਾਂ ਪਾਰ ਕਰਕੇ ਉਹਨਾਂ ਚੈਲੇਂਜਸ ਨੂੰ ਪਾਰ ਕਰਕੇ ਪਹੁੰਚਦੇ ਨੇ। ਸੋ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਈ ਕੋਈ ਵੀ ਇਹ ਕਹੇ। ਹਾਂ, ਜੇ ਸੱਚਮੁੱਚ ਇਹ ਨਜ਼ਰ ਆਏ ਕਿ ਵੀ ਆਰਮਡ ਸਟਰਗਲ ਦੀ ਗੱਲ ਹੈ, ਉਹ ਠੀਕ ਹੈ। ਕੋਈ ਅਸੀਂ ਇਹ ਵੀ ਨਹੀਂ ਕਲੇਮ ਕਰਦੇ ਕਿ ਭਾਈ ਸਾਰਾ ਕੁਝ ਸਾਡੇ ਨਾਲ ਹੀ ਜੁੜਿਆ ਹੋਇਆ ਆਰਮਡ ਸਟਰਗਲ ਨਾਲ ਹੀ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ, ਲੋਕਾਂ ਦੀ ਫਰੀ ਐਕਸਪ੍ਰੈਸ਼ਨ ਨੂੰ ਜ਼ੁਲਮ ਦੇ ਨਾਲ ਦਬਾਇਆ ਹੋਇਆ। ਔਰ ਪੰਜਾਬ ਦੇ ਵਿੱਚ ਪਰਮਾਨੈਂਟ ਫੌਜੀ ਛਾਉਣੀਆਂ ਜਿਹੜੀਆਂ ਨੇ, ਅੱਗੇ ਤਾਂ ਜਲੰਧਰ ਛਾਉਣੀ, ਫਿਰੋਜ਼ਪੁਰ ਛਾਉਣੀ, ਸੂਰਾਨਸੀ ਜਾਂ ਅੰਮ੍ਰਿਤਸਰ ਕੈਂਟ ਸੀ, ਹੁਣ ਪੰਜਾਬ ਦੇ ਵਿੱਚ ਜੇ 5-7 ਲੱਖ ਫੌਜ ਜਿਹੜੀ ਹੈ ਉਹ ਕਸ਼ਮੀਰ ਬਾਰਡਰ 'ਤੇ ਹੈ, ਪੰਜਾਬ ਦੇ ਵਿੱਚ ਇੰਨਾ ਕੁ ਨੰਬਰ ਪਰਮਾਨੈਂਟਲੀ ਸਟੇਸ਼ਨਡ ਹੈ, ਔਰ ਉਹ ਜਦੋਂ ਮਰਜ਼ੀ ਜਿਹੜਾ ਹੈ ਉਸ ਨੂੰ ਉਹ ਬਾਹਰ ਕੱਢ ਸਕਦੇ ਨੇ। ਪਰ ਕਿਉਂਕਿ ਉਹਨਾਂ ਨੇ ਆਪਣਾ ਸੂਬੇਦਾਰ ਪ੍ਰਕਾਸ਼ ਬਾਦਲ ਰੱਖਿਆ ਹੋਇਆ ਹੈ, ਪੰਜਾਬ ਪੁਲਿਸ ਦੀ ਨਫਰੀ ਜਿਹੜੀ ਹੈ ਉਹ ਇੰਨੀ ਵੱਡੀ ਹੈ ਕਿ ਉਹਦੇ ਰਾਹੀਂ, ਔਰ ਫਿਰ ਜਿਹੜਾ ਇੰਟੈਲੀਜੈਂਸ ਏਜੰਸੀਆਂ ਦਾ ਅੰਦਰਲਾ ਨੈਟਵਰਕ ਹੈ ਜਿਹਦੇ ਰਾਹੀਂ ਉਹਨਾਂ ਨੇ ਪ੍ਰਾਈਵੇਟ ਲੈਵਲ ਦੇ ਉੱਤੇ ਜਿਹੜਾ ਉਹ ਲੋਕਾਂ ਦੇ ਉੱਤੇ ਸਪਾਈਂਗ ਕਰਦੇ ਨੇ। ਸੋ ਉਹਨਾਂ ਔਰ ਬਾਕੀ ਜਵਾਨੀ ਡਰੱਗਸ ਦੇ ਹਵਾਲੇ, ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਅੱਜ ਵੀ ਪੰਜਾਬ ਦੇ ਵਿੱਚ ਸਭ ਦੇ ਬਾਵਜੂਦ ਜੇ 6 ਜੂਨ ਦੀਆਂ ਹੁਣੇ ਹੀ ਜਿਹੜੀਆਂ ਨੇ ਸੈਲੀਬ੍ਰੇਸ਼ਨਸ ਹੋ ਕੇ ਹਟੀਆਂ ਨੇ ਘੱਲੂਘਾਰੇ ਦੀਆਂ, ਔਰ ਕਿਵੇਂ ਅੰਮ੍ਰਿਤਸਰ ਤੋਂ ਲੈ ਕੇ ਜਿੱਥੇ ਜਿੱਥੇ ਵੀ ਹਾਲਾਂ ਇੰਨਾ ਕੁ ਟੈਰਰ ਸੀ, ਲੇਕਿਨ ਲੋਕ ਭੁੱਲੇ ਨਹੀਂ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਡੇ ਲਈ ਮਿਕਾਇਲ ਮਲਕ ਵਰਗੇ ਜਿਹੜੇ ਸਾਡੇ ਭਰਾ ਨੇ ਉਹ ਇੱਕ ਹੌਸਲਾ ਦੇਣ ਵਾਲੇ ਨੇ, ਔਰ ਸਰਟਨਲੀ ਅਸੀਂ ਸਮਝਦੇ ਹਾਂ ਵੀ ਅਸੀਂ ਪਾਕਿਸਤਾਨ ਤੋਂ ਕਾਸ਼ ਉਹਨਾਂ ਦੇ ਜਿਹੜੇ ਸਰਕਾਰੀ ਨੀਤੀ ਘਾੜੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਹੋਏ ਕਿ ਸਿੱਖ ਫੈਕਟਰ ਕਿੰਨਾ ਇੰਪੋਰਟੈਂਟ ਹੈ, ਜਿਹੜਾ ਕਿ ਕਾਮਨ ਉਹਨਾਂ ਦੇ ਸਿਟੀਜ਼ਨ ਨੂੰ ਸਮਝ ਹੈ, ਔਰ ਸਾਨੂੰ ਉਹਨਾਂ ਦੇ ਕੋਈ ਹਥਿਆਰਾਂ ਦੀ ਲੋੜ ਨਹੀਂ ਹੈ, ਕੋਈ ਹੋਰ ਨਹੀਂ, ਜੇ ਸਾਨੂੰ ਇਹ ਡਿਪਲੋਮੈਟਿਕ ਸਪੋਰਟ ਹੀ ਇੰਟਰਨੈਸ਼ਨਲੀ ਦੇ ਦੇਣ, ਉਹਨਾਂ ਦਾ ਮੀਡੀਆ ਜਾਂ ਦੂਸਰਾ ਜਿਹੜਾ ਹੈ ਜਿਹੜਾ ਲੇਟਲੀ ਕੁਝ ਚੇਂਜਿਸ ਨੇ ਇਸ ਇਸ਼ੂ ਨੂੰ ਹਾਈਲਾਈਟ ਕਰਨ ਡਿਪਲੋਮੈਟਿਕ ਲੈਵਲ 'ਤੇ, ਜਦੋਂ ਭਾਰਤ ਨੂੰ ਜਿਹੜਾ ਉਹਨਾਂ ਨੇ ਦੁਨੀਆ ਦੇ ਵਿੱਚ ਜੇ ਉਹਦੀ ਹਕੀਕਤ ਰੱਖਣੀ ਹੈ ਤਾਂ ਫਿਰ ਸਿੱਖ ਬਹੁਤ ਚੰਗੀ ਤਰ੍ਹਾਂ ਸਹਾਈ ਹੋ ਸਕਦੇ ਨੇ, ਕਿਉਂਕਿ ਕੌਜ਼ ਸਾਡਾ ਪੰਜਾਬ ਦਾ ਹੋਏ, ਕਸ਼ਮੀਰ ਦਾ ਹੋਏ, ਨਾਗਾਲੈਂਡ ਦਾ ਹੋਏ, ਮਨੀਪੁਰ ਦਾ ਹੋਏ, ਸਾਂਝਾ ਕੌਜ਼ ਹੈ। ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਮਿਕਾਇਲ ਮਲਕ ਜੀ ਦਾ, ਉਹਨਾਂ ਨੇ ਸਾਨੂੰ ਈਦ ਵਾਲੇ ਦਿਨ ਲਿਖਿਆ, ਔਰ ਬਹੁਤ ਬਹੁਤ ਉਹਨਾਂ ਨੂੰ ਈਦ ਮੁਬਾਰਕ ਜੀ। ਰਸਾ ਇਸ ਨਾਲ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।